ਇਹਦੇ ਅੰਦਰ ਵੀ ਬੜੀ ਅੱਗ ਬਲੇ ਦੀ ਜਨਾਬ ਆਉਂਦੇ ਬੋਲਦੀ ਹੋ ਗਏ ਤੇ ਹੋ ਗਏ ਤੇ ਇਹਨੂੰ ਮਨਾ ਵੀ ਕਰਦਾ ਰਿਹਾ ਮੈਂ ਆਸਮਾ ਜ਼ਿੰਮੇਦਾਰੀ ਨਾਂ ਲੈ ਕੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਅਮੀਦ ਆ ਮੈਨੂੰ ਮੇਰੇ ਵੇਖਣ ਵਾਲੇ ਭੈਣ ਭਾਈ ਠੀਕ ਨੇ ਖੁਸ਼ ਰਹੋ ਆਬਾਦ ਰਹੋ ਜਿੱਥੇ ਜਿੱਥੇ ਵਸਦੇ ਪਏ ਹੋ ਸਾਡੇ ਨੂੰ ਸਾਨੂੰ ਦੁਆ ਯਾਦ ਰੱਖਿਓ ਧੁੰਦੀ ਹੈ ਬਦਲ ਦੀ ਵਜ੍ਹਾ ਤੋਂ ਅਤੇ ਆਸਮਾ ਆਸਮਾ ਭਾਲੇ ਟਿੰਡੇ ਲਾ ਕੇ ਕਦੋਂ ਜਾ ਰਹੀ ਹੈ ਮੈਂ ਜਾ ਰਹੀ ਹਾਂ ਕਿਸੇ ਦੇ ਕੰਮ ਵਾਲੇ ਘਰ ਕਿਸੇ ਦੇ ਘਰ ਉਹ ਹੈ ਇੱਥੇ ਸ਼ਾਦੀ ਹੈ ਖਤਮ ਹੈ ਬਲਕਿ ਸੁਬਹਾ ਦੀ ਮੈਂ ਗੇਰੀ ਉਹਨਾਂ ਦੇ ਘਰ ਮੈਂ ਵੈਸੇ ਕੰਮ ਕਰਨੀ ਪਈ ਸੀ ਬਰਤਨ ਧੋ ਰਹੀ ਸੀ ਤੇ ਹੁਣ ਮੈਂ ਥੋੜਾ ਜਿਹਾ ਨਾ ਉਹ ਨਾਸ਼ਤਾ ਲੈ ਕੇ ਆਈ ਹਾਂ ਨਾਸ਼ਤਾ ਉਹਨਾਂ ਨੇ ਹੁਣ 12 ਵਜੇ ਕਰਾਇਆ ਆ ਚਾਵਲ ਪਕਾਏ ਥੋੜੇ ਸਾਰੇ ਉਹਨਾਂ ਨੇ ਗੋਸ਼ਤ ਵਾਲੇ ਤੇ ਉਹ ਕਰਾਏ ਤੇ ਮੈਂ ਕਿਹਾ ਮੈਨੂੰ ਵੀ ਦੇਵੋ ਮੈਂ ਆਪਣੇ ਬੱਚਿਆਂ ਨੂੰ ਦੇ ਕੇ ਆਵਾਂ ਮੇਰੇ ਬੱਚੇ ਘਰ ਹੈ ਫਿਰ ਮੈਂ ਲੈ ਕੇ ਉਹ ਛੱਡਣ ਆਈ ਵੀ ਸੀ ਮੈਂ ਤੇ ਹੁਣ ਫਿਰ ਜਾ ਰਹੀ ਹਾਂ ਬਰਤਨ ਬਹੁਤ ਜ਼ਿਆਦਾ ਹੋਏ ਧੋਣ ਵਾਲੇ ਹੋਏ ਤੇ ਉਹ ਜੀ ਖਤਮ ਹੀ ਹੈ ਸਮਝੋ ਕੋਈ ਸ਼ਾਦੀ ਹੈ ਮੂੰਹ 'ਚ ਜੇ ਨਿਕਲੀ ਜਾਣਾ ਉੱਥੇ ਮੇਲਾ ਜਿਹਾ ਹੀ ਹੈ ਛੋਟਾ ਜਿਹਾ ਭੰਡਾਰਾ ਮੇਲਾ ਉਹਨਾਂ ਦੇ ਉਹਨਾਂ ਦੇ ਲੱਗੀ ਹੋਈ ਹੈ ਉਹ ਸਮਝੋ ਬਾਬੇ ਦੀ ਸ਼ਾਦੀ ਹੁੰਦੀ ਵੀ ਜਾਂ ਭੰਡਾਰਾ ਮੇਲਾ ਉਹ ਖਤਮ ਹੁੰਦਾ ਪਿਆ ਪਤਾ ਨਹੀਂ ਆ ਛੋਟੀ ਜੀ ਸਾਡੀ ਕਾਕੀ ਫੀਡਰ ਲੈਤੀ ਆ ਵੀ ਫੀਡਰ ਲੈ ਕੇ ਪੀ ਰਹੀ ਹੈ ਗਫਰਾਨ ਵੀ ਮੈਂ ਕਹਿ ਰਿਹਾ ਕਿ ਦੁੱਧ ਦੇਓ ਮੈਨੂੰ ਆਏ ਉਹਦੇ ਮੈਂ ਵੈਸੇ ਲੈ ਕੇ ਆਈ ਹਾਂ ਕਿਸੇ ਘਰੋਂ ਅੱਧਾ ਕਿਲੋ ਦੁੱਧ ਮੈਂ ਸਰਦੀ ਹੈ ਚੱਲ ਚਾਹ ਸ਼ਾਹ ਬਣਾ ਕੇ ਪੀਂਦੇ ਹਾਂ ਫਿਰ ਉਹ ਘਰ ਆਉਂਦੀ ਹੈ ਫਿਰ ਵੈਸੇ ਹੁਣ ਦੌਰ ਹੁੰਦੀ ਹੈ ਕਿ ਯਾਰ ਪਿੱਛੋਂ ਕੋਈ ਸੁਨਾਹ ਆਉਂਦਾ ਕਿ ਘਰ ਆਇਆ ਇਹੋ ਜਿਹੇ ਲੋਕ ਨਾ ਮਗਰ ਸੁਨਾਹ ਲੈ ਕੇ ਆਉਂਦੇ ਨੇ ਅਤੇ ਆਏ ਨੇ 15-20 ਮਿੰਟ ਹੋ ਗਏ ਇਹਨਾਂ ਦੇ ਹੁਣ ਫਿਰ ਵੇਖ ਲਾ ਗਫਰਾਨ ਮੰਨਦਾ ਮਨਾ ਲਿਆ ਉਹਨੂੰ ਆਖ ਦਿਆਂਗੇ ਮੈਂ ਗਫਰਾਨ ਨੂੰ ਇਹੀ ਤਾਂ ਕਹਿ ਰਹੀ ਹਾਂ ਮੈਂ ਆ ਕੇ ਦੇਵਾਂਗੀ ਉਹ ਹਰਮ ਵੀ ਮੰਗਦੀ ਪਈ ਸੀ ਤੇ ਇਹਨੂੰ ਨਾ ਮੈਂ ਫਿਰ ਥੋੜ੍ਹਾ ਸਾਰਾ ਨਾ ਕੱਚਾ ਹੀ ਪਾ ਕੇ ਦੇ ਛੱਡਿਆ ਉਹ ਵਿੱਚ ਜੋ ਜੋ ਵੀ ਸਾਡੀ ਰੂਟੀਨ ਰਹੇ ਕਿ ਦੱਸਾਂਗੇ ਜੇ ਬਾਹਰੋਂ ਨਿਕਲਾ ਤਾਂ ਉਹ ਰੌਣਕ ਤਾਂ ਹੈ ਨਹੀਂ ਕੋਈ ਵੀ ਹੈਗਾ ਕਿਹੜੀ ਰੌਣਕ ਨਹੀਂ ਹੈਗੀ ਤਾਂ ਹੈ ਕਿ ਬਾਹਰ ਕਿਸੇ ਨੇ ਰੇੜੀ 'ਤੇ ਕੋਈ ਦੁਕਾਨ ਲਾ ਲਈ ਹੈ ਕੋਈ ਖਿਡੌਣੇ ਆ ਗਏ ਨੇ ਕੋਈ ਸ਼ੀਨਾ ਜੀ ਚਲੋ ਨਿਕਲਦੇ ਹਾਂ ਬਾਅਦ ਵੇਖਦੇ ਹਾਂ ਭਲਾ ਕੀ ਕੀ ਚੀਜ਼ਾਂ ਲੱਗੀਆਂ ਹੋਈਆਂ ਨੇ ਮੇਲੇ 'ਤੇ ਅਤੇ ਕਿਹੜੀਆਂ ਕਿਹੜੀਆਂ ਦੁਕਾਨਾਂ ਲੱਗੀਆਂ ਨੇ ਟਾਈਮ ਵੀ ਕਾਫੀ ਹੋਣ ਆਏ ਭਾਈ ਆਏ ਸਾਰੇ ਭਾਈ ਸ਼ਵੀਰ ਦੇ ਖਿਡੌਣੇ ਭਾਈ ਸ਼ਵੀਰ ਦੇ ਖਿਡੌਣੇ ਖਿਡੌਣੇ ਗਏ ਪਕੌੜੇ ਖਿਡੌਣੇ ਉੱਧਰ ਨੇ ਉਹ ਸਾਰਾ ਖਿਡੌਣੇ ਹੈਗੇ ਠੀਕ ਹੈ ਪਕੌੜੇ ਕਿਆ ਬਾਤ ਹੈ ਮਾਸ਼ਾਅੱਲਾ ਜੀ ਅਤੇ ਖੁਸ਼ਬੂ ਦੂਰ ਤੱਕ ਆ ਰਹੀ ਠੰਡਾ ਮੌਸਮ ਮੌਸਮ ਵੀ ਠੰਡਾ ਬੱਦਲ ਦਾ ਮੌਸਮ ਹੋਇਆ ਉੱਧਰ ਪਕੌੜੇ ਗਰਮ ਗਰਮ ਜਨਾਬ ਕਿਆ ਬਾਤ ਹੈ ਮੇਲਾ ਭਾ ਗਿਆ ਗਰਮ ਹੋ ਗਿਆ ਮੇਲਾ ਹੋ ਗਿਆ ਚੱਲ ਵਾਲੇ ਪਕੌੜੇ ਨਾ ਪੁਸ਼ਪਾ ਸਾਹਿਬ ਕਿਆ ਬਾਤ ਹੈ ਚਾਲ ਮੱਛੀ ਹੈ ਭਾਈ ਸ਼ਵੀਰ ਦਾ ਮੁੰਡਾ ਬੈਠਾ ਉਧਰ ਕੱਪੜੇ ਮੈਂ ਛੱਡ ਦਿਓ ਅਸੀਂ ਛੱਡ ਦਿਓ ਟੋਰ ਅੱਛਾ ਭਾਈ ਸ਼ਵੀਰ ਦਾ ਮੁੰਡਾ ਜੀ ਖਿਡੌਣੇ ਲੈ ਕੇ ਬੈਠਾ ਅੱਛਾ ਚਾਰ ਵਾਲਾ ਹੋ ਅੱਛਾ ਕਹਿੰਦੇ ਚਾਰਟ ਵਾਲੇ ਵੀਡੀਓ ਬਣਾਓ ਚਾਰ ਵਾਲੇ ਮਾਰੋ ਖਿਡੌਣਾ ਕਿਆ ਬਾਤ ਹੈ ਬੱਚੇ ਚਾਰਟ ਆਏ ਮਾਸ਼ਾਅੱਲਾ ਵਿਕੇ ਅਪਰਾਧ ਕਰਿਆ ਇਹ ਅਪਰਾਧ ਹੈ ਸੇਠ ਜੀ ਮਾਸ਼ਾਅੱਲਾ ਚਾਰਟ ਦੇਖਣ ਨੂੰ ਬੜੀ ਪਿਆਰੀ ਲੱਗਦੀ ਪਈ ਹੈ ਬੜੀ ਲੁੱਕ ਬਣਾਈ ਹੋਈ ਹੈ ਅੱਛਾ ਜੀ ਠੰਡ ਭਰੀ ਹੈ ਠੰਡ 'ਚ ਨਹੀਂ ਪਾਉਂਦੇ ਖਾਂਦੇ ਹੋਏ ਸੁਨਾਗ ਵੀ ਬਣਾ ਰਿਹਾ ਚਟਨੀ ਕਰੀ ਜਿਹੜਾ ਸਿਰੀ ਆ ਫੈਮਲੀ ਉਹ ਖੱਲਾ ਠੀਕ ਆ ਚਲੋ ਜੀ ਜਾਂਦੇ ਹਾਂ ਦਰਬਾਰ ਦੇ ਅੰਦਰ ਜਿੱਥੇ ਮੇਲਾ ਹੁੰਦਾ ਪਿਆ
ਲੋ ਜੀ ਢੋਲ ਅਸੀਂ ਵੇਖ ਕੇ ਆਏ ਬੱਚਿਆਂ ਨੂੰ ਵਿਖਾ ਕੇ ਢੋਲ ਫੇਰ ਵੇਖਿਆ ਇਹਨਾਂ ਦਾ ਢੋਲ ਬਣਾਇਆ ਡੱਗਾ ਬਣਾਇਆ ਆਹ ਢੋਲ ਦੀ ਸੋਟੀ ਨਹੀਂ ਹੁੰਦੀ ਆਹ ਵੀ ਉਹੀ ਬਣਾਇਆ ਇਹਨਾਂ ਨੇ ਪੂਰਾ ਡੱਬਾ ਜੀ ਕੁਮਾਰ ਤੁਸੀਂ ਛੁੱਟੀਆਂ 'ਚ ਇਹੀ ਕੰਮ ਕਰਿਓ ਹੈ ਛੁੱਟੀਆਂ ਪਈਆਂ ਹੋਈਆਂ ਨੇ ਇਹੀ ਕੰਮ ਜਨਾਬ ਹੁਣ ਲੱਗਾ ਹੋਣਾ ਇਹਨੇ ਡੋਲ ਬਾਜੇ ਬਾਜੇ ਡੋਲ ਬਾਜੇ ਤੇ ਪੁੱਤਰ ਨਾ ਇਹ ਕੰਮ ਨਹੀਂ ਕਰਨਾ ਨਾਲ ਪੜ੍ਹਨਾ ਵੀ ਹੈ ਟਿਊਸ਼ਨ ਜਾਇਆ ਕਰੋ ਕਦੇ ਉਹ ਬੱਦਲ ਪੁੱਤਰ ਹੋਇਆ ਮੌਸਮ ਬੜਾ ਖਰਾਬ ਹੋਇਆ ਤੇ ਮੇਰੇ ਸਿਰ ਨੂੰ ਦਰਦ ਸੁਬਾਹ ਲਈ ਨਾ ਲੱਗੀ ਹੋਈ ਸਵੇਰੇ ਸਿਰ ਨੂੰ ਹਲਕੀ ਹਲਕੀ ਦਰਦ ਲੱਗੀ ਹੈ ਮੈਨੂੰ ਨਿਕਲ ਨਹੀਂ ਸਕਿਆ ਲਕਸ਼ਾ ਲਾ ਕੇ ਨਹੀਂ ਮੈਂ ਨਿਕਲ ਸਕਿਆ ਨਾਲੇ ਆਸਮਾਂ ਵੀ ਉੱਧਰ ਲੱਗੀ ਸੀ ਉਹਨਾਂ ਦੇ ਘਰ ਤੇ ਬਿਸਮਿਲਲਾਹ ਰਹਿਮਾਨ ਰਹੀਮ ਤੇ ਮੈਂ ਕੱਲ੍ਹ ਗਈ ਸੀ ਕੰਮ ਵਾਲੇ ਘਰ ਅਤੇ ਉੱਥੋਂ ਮੈਂ ਬਹੁਤ ਜ਼ਿਆਦਾ ਲੇਟ ਆਈ ਹਾਂ ਕੰਮ ਬਹੁਤ ਜ਼ਿਆਦਾ ਸੀ ਅਤੇ ਉੱਥੇ ਫਿਰ ਮੈਂ ਲੇਟ ਹੋ ਗਈ ਘਰ ਫਿਰ ਦੁਬਾਰਾ ਚੱਕ ਨਹੀਂ ਮੇਰਾ ਲੱਗਾ ਅਤੇ ਮੈਂ ਆਈ ਹਾਂ ਰਾਤੀ ਅਤੇ ਇਹ ਚਾਵਲ ਲੈ ਕੇ ਆਈ ਹਾਂ ਉਹਨਾਂ ਨੇ ਬਿਰਿਆਨੀ ਬਣਾਈ ਹੈ ਮੋਟੇ ਗੋਸ਼ਤ ਦੀ ਅਤੇ ਨਾਲ ਚਾਵਲ ਮਿੱਠੇ ਵੀ ਹੈ ਅਤੇ ਲੂਣੇ ਵੀ ਹੈ ਮਿੱਠੇ ਲੂਣੇ ਚਾਵਲ ਲੈ ਕੇ ਆਈ ਹਾਂ ਕਿ ਰਾਤ ਦੇ ਪਏ ਸੀ ਕੁਛ ਬੱਚਿਆਂ ਨੇ ਖਾ ਖੂ ਲਏ ਥੋੜ੍ਹੇ ਕੁਛ ਪਏ ਸੀ ਅਤੇ ਮੈਂ ਇਹੀ ਗਰਮ ਕਰਕੇ ਬੱਚਿਆਂ ਨੂੰ ਦੇ ਰਹੀ ਹਾਂ ਮੇਰੇ ਕੋਲੋਂ ਹੁਣ ਨਹੀਂ ਰੋਟੀ ਪੱਕਦੀ ਪਈ ਮੈਂ ਕੁਛ ਥੱਕ ਥੁੱਕ ਗਈ ਰਹੀਆਂ ਥਕਾਵਟ ਹੋ ਗਈ ਹੈ ਅਤੇ ਜਿਸਮ ਵੀ ਇਸ ਤਰ੍ਹਾਂ ਕਿ ਮੈਂ ਜਿਵੇਂ ਬਿਮਾਰ ਨੂੰ ਹਾਰ ਲੱਗ ਰਹੀ ਅਤੇ ਚਾਵਲ ਕਿਤੇ ਨਾ ਗਰਮ ਹੁਣ ਬੱਚੇ ਖਾਂਦੇ ਨੇ ਇਹ ਖਾ ਲਓ ਜਾਮਨ ਵੀ ਦੇਖੋ ਕੀ ਘਾਟ ਆ ਉਹ ਲੱਛੇ ਬਣਾ ਰਿਹਾ ਲੱਛੇ ਬਣਾ ਰਿਹਾ ਘਰ ਖਾਣ ਵਾਸਤੇ ਮੈਨੂੰ ਕਹਿੰਦੇ ਮੈਂ ਬਾਹਰ ਵੀ ਇੱਥੇ ਲਾ ਲਿਆ ਕਰੋ ਹੁਣ ਨਹੀਂ ਮੁੜਨਾ ਵੀ ਤੇ ਆਪੇ ਟਰਾਈ ਮਾਰਦਾ ਇਹਨੂੰ ਟਰਾਈ ਵੱਜਦੀ ਹੈ ਦੇਖ ਲਾਏਗਾ ਹੁਣ ਲਵਾ ਦਿਆ ਕਰੋ ਛੁੱਟੀਆਂ ਪਈਆਂ ਨਾ ਬੱਚੇ ਪੜ੍ਹਨ ਵੀ ਜਾਣ ਵੈਸੇ ਟਿਊਸ਼ਨ ਵੀ ਜਾਣ ਕਰਨ ਆ ਕੇ ਫਰਕ ਹੋ ਕੇ ਤੇ ਇਹ ਵੀ ਕੰਮ ਕਰ ਲੈਣ ਕਰਨ ਕੀ ਕਰਨਾ ਹੁੰਦਾ ਛੁੱਟੀਆਂ ਵਿੱਚ ਬੱਚੇ ਫਰਕ ਹੈ ਰੋਟੀ ਖਾ ਲਾ ਚੀਨੀ ਸਬਜ਼ੀ ਚਾਵਲ ਗਰਮ ਕਿਤੇ ਠੰਡੇ ਹੋ ਰਹੇ ਹਾਂਜੀ ਨਾਲੇ ਸਾਲਣ ਵੀ ਕੋਈ ਨਹੀਂ ਹੈ ਸਾਡੇ ਘਰ ਤੇ ਫਿਰ ਮੈਂ ਆਟਾ ਨੀ ਗੁੰਨਿਆ ਕੀ ਰੋਟੀ ਕਰਨਾ ਖਾਣੀ ਹੈ ਨਾਸ਼ਤਾ ਕੀਤਾ ਸੁਬਹ ਦਾ ਨਾਸ਼ਤਾ ਵੀ ਚੌਲ ਦੇ ਲੈ ਗਿਆ ਸੀ ਆਸਮਾਨ ਦੇ ਚੌਲਾਂ ਦਾ ਖਾਦੇ ਰਹਿੰਦੇ ਹੁਣ ਮੇਰੇ ਇਹਨੂੰ ਨਜ਼ਰ ਸ਼ਿਕਾਇਤ ਹੈ ਨਜ਼ਰ ਸ਼ਿਕਾਇਤ ਚੰਗੀ ਭਲੀ ਗਈ ਨਾ ਬੁਖਾਰ ਦੀ ਸ਼ਿਕਾਇਤ ਹੋ ਗਈ ਅੰਦਰ ਵੀ ਬੜੀ ਅੱਗ ਬਲੇ ਦੀ ਜਨਾਬ ਆਉਂਦੇ ਬੋਲਦੀ ਹੋ ਗਏ ਤੇ ਹੋ ਗਏ ਇਹਨੂੰ ਮੈਂ ਮਨਾ ਵੀ ਕਰਦਾ ਰਿਹਾ ਮੈਂ ਆਸਮਾ ਜ਼ਿੰਮੇਵਾਰੀ ਨਾ ਲੈ ਕੇ ਇਹਦੇ ਕੰਮ ਦੀ ਨਾ ਕੰਮ ਨਾ ਫਰ ਠੀਕ ਹੈ ਜੋ ਟਾਈਮ ਹੈ ਕਰਦੇ ਰਹੇ ਹੁਣ ਵੀ ਟਾਈਮ ਕਰ ਲਿਆ ਵਿੱਚੋਂ ਪਰ ਹੁਣ ਨਹੀਂ ਇਹ ਮੌਸਮ ਹੈਗਾ ਨਾ ਰਕਸ਼ਾ ਮੈਂ ਲਿਆ ਲਾ ਰਕਸ਼ਾ ਤੇ ਮੈਂ ਜੋ ਬਾਹਰ ਨਿਕਲਾਂਗਾ ਰੋਟੀ ਰੋਟੀ ਲਿਆਵਾਂਗਾ ਜਿੰਨੀ ਰੋਟੀ ਵਾਲਾ ਪਾ ਗਿਆ ਸ਼ੁਕਰ ਹੈ ਤੂੰ ਨਾ ਫੈਲ ਜੇ ਪਾ ਨਾ ਆਪਣੇ ਅਜ਼ਾਬ 'ਚ ਪਾ ਆਪਣੇ ਅੱਗੇ ਠੀਕ ਬਾਹਰ ਹੈ ਗਈਆਂ ਤੂੰ ਘਰ ਦਾ ਕੰਮ ਹੁੰਦਾ ਕੋਈ ਨਹੀਂ ਉਦੋਂ ਤੂੰ ਕਿਹੜਾ ਕੰਮ ਫੜ ਲਿਆ ਪੁੱਛ ਲਓ ਭਾਵੇਂ ਲੱਖ ਮਨਾ ਕਰਨ ਦੇ ਬਾਵਜੂਦ ਇਹਨੇ ਕੰਮ ਜਾਉਂਗੇ ਕੰਮ ਫੜਿਆ ਨੇ ਚਾਵਲ ਦੇ ਦਿੱਤੇ ਨਾ ਖਾਣ ਵਾਸਤੇ ਚਾਵਲ ਤੇ ਮੈਂ ਨਾਲ ਗੋਭੀ ਸੁਬਹਾ ਵੀ ਲਈ ਤੇ ਮੈਂ ਚੱਲ ਹੁਣ ਮੈਂ ਸਬਜ਼ੀ ਬਣਾਈ ਆ ਤੇ ਪਕਾ ਹੀ ਲੈਂਦੀ ਹਾਂ ਤੇ ਉਹ ਚਾਵਲਾਂ ਨਾਲ ਖਾਧੀ ਜਾਏਗੀ ਸੁਬਹਾ ਵੀ ਰੋਟੀ ਖਾਂਦੇ ਫਿਰ ਸਾਨੂੰ ਹੋਏਗਾ ਤੇ ਰੋਟੀ ਖਾਧੀ ਜਾਏਗੀ ਚਾਹ ਭਾਵੇਂ ਦੋ ਕੱਪ ਵੀ ਹੋ ਉਹ ਵੀ ਥੋੜ੍ਹੇ ਨੇ ਇੱਕ ਕੱਪ ਪੀਤਾ ਚੱਲ ਕਰਦਾ ਇੱਕ ਹੋਰ ਕੱਪ ਹੋਏ ਨਾਲ ਉਹ ਤੋਂ ਪੀ ਲੈ ਸਾਨੂੰ ਲੱਗੇ ਜੰਮੂ ਦਾ ਜੰਮੂ ਕਸ਼ਮੀਰ ਲੱਗਦਾ ਹੈ ਸਾਡੇ ਜੰਮੂ ਦਾ ਇਲਾਕਾ ਲੱਗਦਾ ਉੱਥੇ ਬਰਫ਼ਬਾਰੀ ਹੋਈ ਆ ਅਤੇ ਠਾਰ ਸਾਡੇ ਬਹੁਤ ਜ਼ਿਆਦਾ
ਅੱਗ ਅੱਗੇ ਸਕੂਨ ਲੈਂਦੇ ਅੱਗ ਅੱਗੇ ਬੈਠੇ ਸਕੂਨ ਆ ਤੇ ਬਾਹਰ ਨਿਕਲਣ ਦਿਲ ਨਹੀਂ ਕਰਦਾ ਤੇ ਹੁਣ ਮੈਂ ਜਿਹੜਾ ਕਹਿੰਦਾ ਮੈਂ ਉਹ 4 ਵਜੇ ਦੇ ਮੈਂ ਰਕਸ਼ਾ ਲੈ ਕੇ ਜਾਵਾਂ ਕੋਈ ਕਹਿੰਦਾ 2 ਘੰਟੇ ਮੈਂ ਡੇ ਫੇਰ ਆਵਾਂ ਨਾਲ ਗੈਸ ਭਰਾਵਾਂਗਾ ਰਕਸ਼ੇ ਦੇ ਗੈਸ ਗੂਸ ਭਰਾਓ ਰਕਸ਼ੇ ਸੰਦੇ ਮੈਂ ਕਹਿੰਦੀ ਆ ਸ਼ਾਮ ਪੈ ਗਿਆ ਹੁਣ ਜਾਣ ਦਾ ਟਾਈਮ ਨਹੀਂ ਸਰਦੀ ਹੋ ਗਈ ਆ ਮੈਂ ਕਹਿੰਦੀ ਆ ਵੀ ਸਵੇਰ ਹੀ ਜਾਇਓ ਦੇਖ ਦੋ ਆਗੋਗ ਉਹਨੇ ਤਾਂ ਸਬਜ਼ੀ ਵੀ ਬਣਾ ਲਈ ਸੀ ਸਬਜ਼ੀ ਬਣਾ ਦੇ ਧਾਰੋ ਦੇ ਅੱਗ ਤੇ ਹੁਣ ਸਾਰੇ ਬੱਝ ਗਈ ਆ ਹੋਰ ਉਹਦੇ ਤੇ ਲੱਕੜ ਲਾਈਆਂ ਵੀ ਬੱਝੀਆਂ ਨੇ ਗੁਜ਼ਾਰਾ ਭਾਈ ਕੋਈ ਨੀ ਨਾਨਕੀ ਜੇ ਵਲਾਗ ਦੇ ਪਿੱਛੇ ਪੈ ਰਹਾ ਫਿਰ ਵਲਾਗ ਬਣਾਓ ਅੱਡੀ ਟੰਗ ਕਰੋ ਇਹ ਵੀ ਬੜਾ ਕੰਮ ਹੁੰਦਾ ਅੱਡੀ ਲਗਾ ਕੇ ਲਾਓ ਥੰਬਨੇ ਬਣਾਓ ਇਕੱਲਾ ਬੰਦੇ ਵਾਸਤੇ ਬੜੀ ਮੁਸ਼ਕਲ ਹੁੰਦੀ ਇਕੱਲੇ ਬੰਦੇ ਦੀ ਮੁਸ਼ਕਲ ਤੇ ਹੁੰਦੀ ਆ ਮੈਂ ਕਹਿੰਦੀ ਆ ਬਣਾ ਲਿਆ ਕਰੋ ਵੀਡੀਓ ਰੋਟੀ ਬਣਾ ਲਿਆ ਕਰੋ ਅਸੀਂ ਥੋੜੀ ਖਾਵਾਂਗੇ ਭੁੱਖ ਪਕਾ ਲਾਂਗੇ ਵਲਾਗ ਬਣਾਓ ਹੈ ਭੈਣ ਭਈਆਂ ਨਾਲ ਸਾਡਾ ਪਿਆਰ ਹੋ ਗਿਆ ਜੇ ਅਲੱਗ ਅਲੱਗ ਸਾਨੂੰ ਦੇਖਣ ਵਾਲੇ ਨਾ ਸਾਨੂੰ ਇਹਨਾਂ ਦਾ ਪਿਆਰ ਆ ਉਹਨਾਂ ਨੂੰ ਸਾਡਾ ਨਾ ਪਿਆਰ ਮੁਹੱਬਤ ਹੈਗੀ ਹੈ ਤੇ ਡੀਕਦੇ ਵਲਾਗ ਨੂੰ ਦੇਖਦੇ ਨੇ ਡੀਕਦੇ ਨੇ ਸਾਡਾ ਵਲਾਗ ਰੋਜ਼ਾਨਾ ਨਾਲ ਲਾਉਣ ਨਾਲ ਨੁਕਸਾਨ ਵੀ ਹੁੰਦਾ ਹੈ ਸਾਡਾ ਕਿਉਂਕਿ ਯੂਟਿਊਬ ਮੰਗਦਾ ਕੰਮ ਯੂਟਿਊਬ ਕਹਿੰਦਾ ਰੋਜ਼ਾਨਾ ਰੂਟੀਨ ਦਾ ਕੰਮ ਕਰੋ ਰੋਜ਼ਾਨਾ ਤਾਰ ਜੋ ਸਾਡਾ ਚੁੱਲ੍ਹਾ ਉੱਧਰ ਵੀ ਉਹ ਦੂਸਰਾ ਵੀ ਆਇਆ ਲੱਕੜਾਂ ਵਾਲਾ ਉਹਨੂੰ ਪਾਸੇ ਐਵੇਂ ਆਇਆ ਬਾਲਦਾ ਲੱਕੜਾਂ ਲੱਗ ਗਈਆਂ ਇੱਥੇ ਕੱਖ ਨਹੀਂ ਕਰੀ ਜਾਂਦੇ ਹੰਡੀ ਹੁੰਡੀ ਰੱਖੀ ਆ ਉੱਥੇ ਬਾਕੀ ਮੈਂ ਜਾਵਾਂ ਸ਼ਹਿਰ ਨੂਰਗੜ ਤੁਸੀਂ ਹੋਰ ਕੀ ਮੰਗਾਉਣਾ ਆਪਣੇ ਪੱਲਿਓ ਪੱਲਾ ਢੋਲਾ ਲਿਆ ਕੇ ਅਸੀਂ ਲਿਆਉਂਦੇ ਅਸੀਂ ਲਿਆਉਣ ਨੂੰ ਹਾਜ਼ਰ ਹਾਂ ਭਾਈ ਅਸੀਂ ਲਿਆਉਣ ਨੂੰ ਹਾਜ਼ਰ ਹਾਂ ਬਾਕੀ ਪੱਲਾ ਆਪਣਾ ਢੋਲਾ ਹੋਣਾ ਭਾਈ ਜੋ ਮਰਜ਼ੀ ਮੰਗਾ ਲਓ ਸਰ ਚਸਕਾ ਲੈ ਆਉਣਾ ਹਰਮ ਫਾਦਰ ਨੇ ਬੈਠੀ ਹੈ ਚੁੱਲ੍ਹੇ ਲਾਗੇ ਤੇ ਫਿਲਮ ਮੂੰਹ ਚ ਪਾਇਆ ਕਾਕੀ ਸਾਰੀ ਛੋਟੀ ਕਾਕੀ ਨੇ ਲਿਖਣਾ ਤੂੰ ਵੀ ਇੱਧਰ ਆ ਪੁੱਤ ਚੁੱਲ੍ਹੇ ਲਾਗੇ ਆ ਅੱਗ ਸੇਕੋ ਬਹਿ ਕੇ ਅੱਗ ਸੇਕ ਲਓ ਅੱਗ ਲਾਗੇ ਮੈਂ ਅੱਗੇ ਕਹਿ ਲਿਆ ਅੱਗ ਲਾਗੇ ਤੇ ਉੱਠਿਆ ਮੈਂ ਤਾਂ ਹੁਣ ਠੰਡ ਲੱਗਣੀ ਸ਼ੁਰੂ ਹੋ ਗਈ ਆ ਲਾਗੇ ਆ ਸਕੂਨ ਹੀ ਆ ਅਤੇ ਮੈਂ ਤਾਂ ਮਜਬੂਰੀ ਹੈ ਮੇਰਾ ਦਿਲ ਕਰਦਾ ਵਾ ਸ਼ਾਮ ਤਾਂ ਹੋ ਗਈ ਆ ਵਾਹ ਵਾਹ ਅਤੇ ਫਿਰ ਦਿਲ ਕਰਦਾ ਵਾ ਜਾਵਾਂ ਯਾਰ ਬਾਹਰ ਚੱਕਰ ਲਾ ਕੇ ਅੱਡੇ ਚੱਕਰ ਲਾਵਾਂ ਅਤੇ ਚਲੋ ਆ ਕੇ ਫਿਰ ਕਰਾਂਗੇ ਜੋ ਵੀ ਰੂਟੀਨ ਹੋਈ ਇਹ ਤੜਕਾ ਜੀ ਆਪਣਾ ਆਲੂ ਗੋਭੀ ਦਾ ਆਲੂ ਗੋਭੀ ਤੜਕਾ ਭੁੱਜ ਹੀ ਰਿਹਾ ਇਹ ਤਾਂ ਤੜਕਾ ਬਣਿਆ ਨਹੀਂ ਇਹ ਥੋਮ ਪਿਆਜ਼ ਹੈ ਥੋਮ ਪਿਆਜ਼ ਮਿੱਠੀ ਪਿਆਜ਼ ਵੀ ਬਣਾਉਣਾ ਲਓ ਜੀ ਗੋਭੀ ਦਾ ਸਾਲਾਂ ਹੰਡੀ ਪੱਕਦੀ ਪਈ ਆ ਮੈਂ ਉਹਨਾਂ ਜਦੋਂ ਹੋ ਗਿਆ ਨਾ ਚਾਵਲਾਂ ਨਾਲ ਖਾਂਦੇ ਹਾਂ ਅਤੇ ਚਾਵਲ ਪੂਰੇ ਹੋ ਜਾਣਗੇ ਮੈਂ ਛੇਤੀ ਆਟਾ ਗੁੰਨਣਾ ਫਿਰ ਰੋਟੀਆਂ ਵੀ ਬਣਾ ਲਾਂ ਮੈਂ ਬਸ ਚਾਵਲ ਹੈ ਨਾ ਉਹੀ ਗਰਮ ਕਰਕੇ ਦੇਣੇ ਆ ਤੁਹਾਨੂੰ ਅਤੇ ਖਾ ਲਓ ਠੀਕ ਹੋ ਗਿਆ ਇੱਕ ਪੇੜਾ ਵੀ ਆਟੇ ਦਾ ਪਿਆ ਆ ਅਤੇ ਮੈਂ ਰੋਟੀ ਪਕਾ ਲੈਂਦੀ ਹਾਂ ਭਾਈ ਮੈਂ ਚਾਵਲ ਨਾ ਖਾਵਾਂ ਮੈਂ ਰੋਟੀ ਖਾ ਲਾਂਗੀ ਠੀਕ ਹੈ ਗੋਆ ਠਾਰ ਬਣੀ ਆ ਇਹ ਸਾਡੇ ਭਤੀਜੀ ਆ ਜੀ ਮੇਰੇ ਭਾਈ ਦੀ ਛੋਟੀ ਭਾਈ ਦੇ ਛੋਟੇ ਦੀ ਬੱਚੀ ਆ ਤੁਸੀਂ ਅੱਗ ਸੇਕ ਹੱਥ ਸੇਕ ਲੈ ਬੜੀ ਠਾਰੀ ਦੱਸਣ ਠੜੇ ਹੋਏ ਨੇ ਹੱਥ ਤੇਰੇ ਇਹ ਵੇਖ ਲੈ ਉਹ ਤੁਰੰਤ ਹੀ ਹੋ ਜਾ ਹਾਂ ਇਹਦੇ ਵੀ ਹੱਥ ਆ ਹੱਥ ਆਹ ਸੇਕੋ ਸੇਕੋ ਮੇਰਾ ਪੁੱਤਰ ਇਹ ਅੱਗ ਐਸੇ ਬਾਲੀ ਆ ਕਿ ਨਾਲ ਸੇਕੀ ਵੀ ਜਾਂਦੀ ਹੈ ਸਾਲ ਦੇ
اندر چو چو کے اندر کر لو ہے اندر کر لیے چولہا تے بہتر ہے ہاں میں اندر سکا میں اندر ہی کر لو اندر ختم ہو جائے سبب لا لو ہن اگ بل گئی ہے ہاں جی بیٹری اینا ڈاکٹر ہوندا ڈاکٹر ہو گیا خراب ڈاکٹر ہوں خراب تار لگا ہے بیٹری نہ لا لیے بیٹری سڑک پئی ہوئی ہے اینا چلا رہے ہیں میں سسٹم کیتا